मैनू पता भैन दे यार तेनू दबाउण वाले बहुत आ मेरे साले दे। दर्शको पता की है जे ये जड़ा माणक साहब का जड़ा ये भतीजा मैनू रोक दे कुछ मर्जी कोई आ जाए उन्हूं मेरा नंबर दे दी भैन दे यार नू कोई चक्कर नहीं। चाहना भी उन्हूं मैं ये बिच अपने लाइव दे बिच लवा। देखो मेरा तो थोड़े हैं ठीक है ना हाँ भैन दी लल लवे खड़ के कास्ट ते सॉरी यार एकल 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 दिन दसा भैन तो जिड़े तेनू तंग कर रहा है मैनू दस। हाय तू अपने काम। हाँ जी दोस्तों, की हाल है जी सारियां दा। एक बार फिर तो स्वागत है जी थोड़ा साडे चैनल ग्लोबल तड़का लाइव ते। दोस्तों सानू पता है कि पंजाबी इंडस्ट्री विच हर रोज़ कोई ना कोई नवा मुद्दा छिड़िया ही रहिंदा है, ते हुण इसे तरह दा ही एक होर मुद्दा सामने आया है जिस विच शहरी मान लाइव हो के पूरी पंजाबी इंडस्ट्री नूं लाणता पाउंदा नज़र आया। दोस्तों थोड़ा ज़्यादा समा ना लैंदे होए सीधा मुद्दे की गल ते चलदे हाँ। दोस्तों कलियां दे बादशाह कुलदीप माणक जी नूं तां असीं सारे जाणदे ही हाँ, बेशक उह अज इस दुनिया विच नहीं रहे पर उन्हां दे गीत अज भी दिल नूं सकून दिंदे ने। ते हुण उन्हां दे ही दोते हसन माणक ने पिछे जहे अपना गीत लॉन्च कीता सी, पर इंडस्ट्री दे कुछ क सिंगरां ने हसन माणक नूं दबाउण दी पूरी कोशिश कीती ते हसन माणक ने यह सब अपनी इंटरव्यू विच भी दस्या सी। ते अज शहरी मान भी इस मुद्दे नूं लै के लाइव आया। शहरी मान ने अपने लाइव विच हसन माणक नूं भी ऐड कीता ते हसन माणक दे खिलाफ बोलण वालियां नूं शरेआम गालां भी कढ़ियां। दोस्तों लाइव विच शहरी मान सिर्फ एक बंदे नूं ही टारगेट कर रहा सी जो कि कनेडा विच रहिंदा है ते कुलदीप माणक नूं अपना उस्ताद दस रहा है। ते सूत्रों तो पता लग्या है कि शहरी मान जैजी बी नूं ही टारगेट कर रहा सी। शहरी मान ने दस्या कि कुछ क बंदे ने जो कुलदीप माणक उपर सिर्फ अपना ही हक समझदे ने ते ओह हसन माणक नूं धमकियां भी दे रहे ने। बाकी दोस्तों तुसीं भी देखो शहरी मान ने अपने लाइव विच की बोलिया ते तुहाडे इस मुद्दे बारे की विचार ने कमेंट करके जरूर दसो। ओके धन्नवाद जी सारिआं दा। ਵੀ ਲਾਈਵ ਹੋ ਕੇ ਦੱਸੂ ਵੀ ਕੀ ਹੈ ਉਹਦਾ ਪਿੰਡ ਹੈਗਾ ਸੈਦੋਂ ਕੇ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਅਤੇ ਮੇਰੇ ਮਾਮੇ ਕੋਲੋਂ ਉਹ ਪੜ੍ਹਿਆ ਹੋਇਆ। ਮੇਰਾ ਮਾਮਾ ਉੱਥੇ ਪ੍ਰਿੰਸੀਪਲ ਸੀ ਸੈਦੋਂ ਕੇ ਬਲਵਿੰਦਰ ਸਿੰਘ ਅਤੇ ਉਹ ਕਹਿੰਦਾ ਬਾਈ ਜੀ ਵੀ ਤੁਹਾਡੇ ਮਾਮੇ ਤੋਂ ਮੈਂ ਪੜ੍ਹਿਆ ਹੋਇਆ ਵੀ ਮੈਨੂੰ ਮੇਰੀ ਹੈਲਪ ਕਰੋ। ਮੈਂ ਕਿਹਾ ਯਾਰ ਵੀ ਜੇ ਤੂੰ ਮੇਰੇ ਮਾਮੇ ਕੋਲੋਂ ਪੜ੍ਹਿਆ ਹੋਇਆ ਇਹਦਾ ਮਤਲਬ ਮੈਂ ਕਿਹਾ ਫਿਰ ਮੈਨੂੰ ਤੇਰੀ ਹੈਲਪ ਕਰਨੀ ਚਾਹੀਦੀ ਹੈ। ਸੋ ਹੁਣ ਮੈਂ ਉਹਨੂੰ ਚਾਹੁੰਦਾ ਵੀ ਉਹਨੂੰ ਮੈਂ ਇਹਦੇ ਵਿੱਚ ਆਪਣੇ ਲਾਈਵ ਦੇ ਵਿੱਚ ਲਵਾਂ। ਦੇਖੋ ਮੇਰਾ ਤਾਂ ਕੰਮ ਵਧੀਆ ਚੱਲੀ ਜਾਂਦਾ ਹੈ ਨਾ, ਉਹ ਬੰਦਾ ਯਾਰ ਜਿਹੜੇ ਬੰਦੇ ਦਾ ਕੰਮ ਹਜੇ ਵਿਚਾਰੇ ਦਾ ਚੱਲਿਆ ਨਹੀਂ ਅਤੇ ਨਾਲੇ ਉਹ ਕਹਿੰਦਾ ਯਾਰ ਮੈਨੂੰ ਤੰਗ ਕਰੀ ਜਾਂਦੇ ਨੇ। ਮੈਨੂੰ ਕਹਿੰਦਾ ਵੀ ਤੰਗ ਕਰਦੇ ਨੇ ਵੀ ਤੂੰ ਇਹ 'ਚ ਨਾ ਤੂੰ ਕੀ ਲੈਣਾ ਗਾਇਕੀ ਤੋਂ ਤੂੰ ਸਾਲਿਆ ਕੀ ਲੈਣਾ। ਮੈਂ ਉਹਨਾਂ ਨੂੰ ਐਂ ਕਹਿਣਾ ਵੀ ਸਾਲਿਓ ਮੇਰੇ ਵੀ ਤੁਸੀਂ ਇਸ ਬੰਦੇ ਦੀ ਸਪੋਰਟ ਕਰੋ। ਉਹ ਕਹਿੰਦੇ ਵੀ ਤੂੰ ਸਪੋਰਟ ਇਹਦੀ ਨਾ ਕਰ, ਮੈਂ ਪਰ ਇਹਦੀ ਸਪੋਰਟ ਕਰਨੀ ਆ। ਅਤੇ ਹੁਣ ਮੈਂ ਇੱਕ ਮਿੰਟ ਦਿਓ ਮੈਨੂੰ, ਮੈਂ ਤੁਹਾਡਾ ਰਾਬਤਾ ਕਰਾ ਰਿਹਾ ਇਟਸ ਹਸਨ ਮਾਣਕ ਠੀਕ ਆ। ਹੁਣੇ ਤੁਹਾਡਾ ਹੁਣੇ 2 ਮਿੰਟ 'ਚ ਤੁਹਾਡੇ ਹੀ ਹਸਨ ਮਾਣਕ ਦੇ ਨਾਲ ਮੈਂ ਗੱਲ ਕਰਾ ਰਿਹਾ। ਅਤੇ ਮੈਂ ਗੱਲ ਕਿਉਂ ਕਰਾ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਮਾਣਕ ਸਾਹਿਬ ਦੇ ਚੇਲੇ ਚਾਪਟ ਨੇ ਜਿਹੜੇ ਕਹਿੰਦੇ ਨੇ ਵੀ ਮਾਣਕ ਸਾਹਿਬ ਦੇ ਅਸੀਂ ਸਾਰਾ ਕੁਛ ਹੈ, ਉਹ ਹਸਨ ਨੂੰ ਪਿੱਛੇ ਖਿੱਚਣਾ ਚਾਹੁੰਦੇ ਨੇ। ਉਹ ਕਹਿੰਦੇ ਵੀ ਅਸੀਂ ਤਾਂ ਮਾਣਕ ਸਾਹਿਬ ਨੂੰ ਖਰੀਦ ਲਿਆ ਹੈ ਨਾ, ਵੀ ਮਾਣਕ ਸਾਹਿਬ ਤਾਂ ਸਾਡਾ ਹੈ ਨਾ, ਪਰ ਜਿਹੜਾ ਹਸਨ ਮਾਣਕ ਹੈ ਉਹ ਮਾਣਕ ਸਾਹਿਬ ਦਾ ਚੇਲਾ ਨਹੀਂ, ਉਹ ਮਾਣਕ ਸਾਹਿਬ ਦਾ ਦੋਹਤਾ ਹੈ। ਸੋ ਮੈਂ ਮਾਣਕ ਸਾਹਿਬ ਦੇ ਦੋਹਤੇ ਨੂੰ ਲਾਈਵ ਦੇ ਵਿੱਚ ਲੈਣਾ ਚਾਹੁੰਦਾ ਅਤੇ ਮੈਂ ਲਾਈਵ ਦੇ ਵਿੱਚ ਲੈਣਾ ਚਾਹੁੰਦਾ। ਇੱਕ ਮਿੰਟ ਹੁਣ ਖੜਿਓ ਦੇਖਿਓ ਵੀ ਕੌਣ ਹੈ ਇਹ, ਅਤੇ ਮੈਨੂੰ ਇਹ ਵੀ ਪਤਾ ਵੀ ਮੇਰੇ ਸਾਲ ਦੇ ਕੌਣ ਨੇ ਇਹ ਜਿਹੜੇ ਕਹਿੰਦੇ ਨੇ। ਇੰਟੀ ਬਲਿੰਗ ਬਾਈ ਆਪਣੇ ਨਾਲ ਜੁੜ ਗਿਆ, ਇੰਟੀ ਬਲਿੰਗ ਬਾਈ ਹੈਲੋ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਂ ਪਹਿਲਾਂ ਤਾਂ ਇੰਟੀ ਬਲਿੰਗ ਬਾਈ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਇੱਕ ਇਹੀ ਬੰਦਾ ਟੱਕਰਿਆ ਜਿਹੜਾ ਕਹਿੰਦੇ ਨਿੱਤਰਿਆ ਹੁੰਦਾ ਨਾ, ਜਿਹੜਾ ਕਹਿੰਦੇ ਨਿੱਤਰਿਆ ਆਪਾਂ ਕਹਿਣਾ ਵੀ ਯਾਰ ਇੱਕ ਬੰਦਾ ਮਤਾਨ ਹਨਾ, ਇੱਕ ਬੰਦਾ ਮੈਦਾਨ ਚ ਨਿੱਤਰਿਆ ਜਿਹੜਾ ਕਹਿੰਦਾ ਵੀ ਮੈਂ ਖੜੂ। ਬਾਈ ਜੀ ਇੱਕੋ ਇੱਕ ਬੰਦਾ ਸਾਰੀ ਇੰਡਸਟਰੀ ਦੇ ਉਲਟ ਜਿਹੜਾ ਕਹਿੰਦਾ ਵੀ ਮੈਂ ਨਿੱਤਰੂ, ਇਸ ਬੰਦੇ ਨੇ ਉਸ ਬੰਦੇ ਦਾ ਪੱਖ ਪੂਰਿਆ ਜਿਹੜਾ ਜਿਹੜੇ ਬੰਦੇ ਦੇ ਉਲਟ ਕਹਿੰਦੇ ਵੀ ਸਾਰੀ ਇੰਡਸਟਰੀ ਆ। ਖੈਰ ਮੈਂ ਤਾਂ ਹੈ ਨੀ ਗਾ ਉਸ ਬੰਦੇ ਦੇ ਉਲਟ, ਬਟ ਇਹ ਬੰਦਾ ਉਹ ਜਿਹੜਾ ਬੰਦਾ ਕਹਿੰਦਾ ਵੀ ਮੈਂ ਉਸ ਬੰਦੇ ਹੈਲਪ ਕਰੂੰਗਾ।
ਪਰ ਇੰਡੀ ਬਲਿੰਗ ਬਾਈ ਤੁਸੀਂ ਲਾਈਵ ਹੋ, ਤੁਸੀਂ ਦੱਸੋ ਵੀ ਆਪਾਂ ਕਿਹੜੇ ਬੰਦੇ ਨੂੰ ਇੰਟਰੋਡਿਊਸ ਕਰ ਰਹੇ ਹਾਂ। ਮੈਂ ਬਾਈ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਸੋ ਮੇਰੇ ਮਾਤਾ ਜੀ ਹੁਣਾਂ ਨੇ ਉਹਨਾਂ ਦੇ ਨਾਲ ਬਹੁਤ ਗਾਇਆ, ਕੁਲਦੀਪ ਮਾਨਕ ਸਾਹਿਬ ਦੇ ਨਾਲ, ਹਨ ਮੇਰੀ ਮਾਸੀ ਜੀ ਹੁਣਾਂ ਨੇ ਬਹੁਤ ਗਾਇਆ ਉਹਨਾਂ ਦੇ ਨਾਲ ਜੀ। ਮੈਂ ਉਹਨਾਂ ਨਾਲ ਵੀ ਮੇਰੀ ਕੱਲ ਹੀ ਗੱਲ ਹੋਈ ਸੁਖਵੰਤ ਸੁੱਖੀ ਮੈਮ, ਜਿਨ੍ਹਾਂ ਨੇ ਕਿ ਬਹੁਤ ਬਹੁਤ ਗਾਇਆ ਸਾਹਿਬ ਦੇ ਨਾਲ। ਹਾਂਜੀ, ਫਿਰ ਗਾਂ ਮੇਰੇ ਮਾਸੀ ਜੀ ਕੁਲਦੀਪ ਕੌਰ, ਉਹਨਾਂ ਨੇ ਬਹੁਤ ਗਾਇਆ ਜੀ ਉਹਨਾਂ ਦੇ ਨਾਲ, ਯਾਰ ਦਾ ਚੌਥਾ ਗੇੜਾ ਹੈ ਨਾ ਜੀ। ਬਿਲਕੁਲ, ਵੀ ਮਾਨਕ ਪਰਿਵਾਰ ਦੇ ਨਾਲ ਅਸੀਂ ਵੀ ਖੜੀਏ, ਤੇ ਮੈਨੂੰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਮੈਨੂੰ ਇਹ ਕਹਿੰਦੇ ਵੀ ਜਿਹੜਾ ਦੀਵਾ ਮੈਨੂੰ ਮਿਲਿਆ ਬਾਈ ਜੀ, ਹਸਨ ਨਾਨੀ ਦੀ ਢੇਰੀ ਤੇ ਬੈਠਾ ਹੋਇਆ ਜਿਹੜਾ ਅਸਲ ਬੰਦਾ, ਨਾਨੀ ਦੀ ਢੇਰੀ ਤੇ ਬੈਠਾ ਹੋਇਆ ਅਸਲ ਬੰਦਾ। ਹੁਣ ਤੁਸੀਂ ਇਹਨੂੰ ਇੱਕ ਵਾਰੀ ਸਾਡੇ ਸਾਹਮਣੇ ਕਰੋ ਸਾਰੇ, ਆਹ ਗੱਲ ਕਰਿਓ, ਇਹ ਆਹ ਲਓ, ਆਹ ਲਓ ਜੀ ਦਰਸ਼ਕੋ, ਜਿੰਨੇ ਵੀ ਮੈਨੂੰ ਦੇਖ ਰਹੇ ਨੇ, ਕੁਲਦੀਪ ਮਾਨਕ ਦਾ ਜਿਹੜਾ ਜਿਹੜਾ ਕਿ ਇੱਕ, ਮੈਂ ਇਹ ਕਹਿਣਾ ਚਾਹੁੰਦਾ ਵੀ ਕੁਲਦੀਪ ਮਾਨਕ ਦੀ ਜਿਹੜੀ ਇੱਕ, ਮੈਂ ਕਹਿਣਾ ਚਾਹੂੰਗਾ ਵੀ ਕੁਲਦੀਪ ਮਾਨਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕਾਲਜ ਹੈ, ਤੇ ਕੁਲਦੀਪ ਮਾਨਕ ਦੇ ਕਾਲਜ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਪ੍ਰੋਫੈਸਰ ਜਿਹੜਾ ਕਿ ਕੁਲਦੀਪ ਮਾਨਕ ਨੂੰ ਅੱਗੇ ਲਿਜਾ ਸਕਦਾ ਉਹ ਆਪਣੇ ਨਾਲ ਹੈ, ਹਸਨ ਮਾਨਕ। ਤੇ ਮੈਂ ਜਿੰਨੇ ਵੀ ਮੈਨੂੰ ਦੇਖ ਰਹੇ ਆ ਹਸਨ ਮਾਨਕ ਨੂੰ ਦੇਖ ਰਹੇ ਆ ਜਾਂ ਮੈਨੂੰ ਦੇਖ ਰਹੇ ਆ, ਹਸਨ ਮਾਨਕ ਨੂੰ ਇੱਕ ਵਾਰੀ ਸੁਣਿਓ, ਉਸ ਤੋਂ ਬਾਅਦ ਮੈਨੂੰ ਫਿਰ ਮੈਸੇਜ ਕਰੋ, ਮੈਨੂੰ ਮੈਸੇਜ ਕਰਕੇ ਦੱਸਿਓ ਜਿਹੜੇ ਵੀ ਆਪਣੇ ਕਨੇਡਾ ਵਾਲੇ ਬੋਡੀ ਬਿਲਡਰ ਦੇ ਯਾਰ ਨੇ ਆ, ਜੋ ਵੀ ਨੇ ਜਿਹੜੇ ਵੀ ਕਨੇਡਾ ਵਾਲੇ ਬੋਡੀ ਬਿਲਡਰ ਦੇ ਯਾਰ ਨੇ ਆ, ਕਹਿੰਦੇ ਨੇ ਵੀ ਤੂੰ ਭਾਈ ਕਨੇਡਾ ਵਾਲੇ ਬੋਡੀ ਬਿਲਡਰ ਨੂੰ ਗਲਤ ਕਹਿਣਾ, ਉਹ ਭਾਈ ਮੈਨੂੰ ਮੈਸੇਜ ਕਰਿਓ, ਇਸ ਬੰਦੇ ਨੂੰ ਪਹਿਲਾਂ ਦੇਖਿਓ। ਹਾਂ ਵੀ ਹਸਨ ਕਰ ਗੱਲ ਬਾਈ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ, ਸਤਿ ਸ੍ਰੀ ਅਕਾਲ ਜਿੰਨੇ ਵੀ ਮੈਨੂੰ ਦੇਖ ਰਹੇ ਨੇ, 4000 ਬੰਦਾ ਦੇਖ ਰਿਹਾ, ਤੇ ਮੈਨੂੰ ਤੇਰੇ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਐਂਡ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣੇ ਛੋਟੇ ਭਾਈ ਨੂੰ ਇੰਨਾ ਮਾਣ ਬਖਸ਼ ਰਹੇ ਹੋ। ਓ ਯਾਰ ਲਵ ਯੂ, ਤੂੰ ਤੇਰਾ ਮੈਂ ਨਾ ਤੇਰਾ ਮੈਂ ਹਸਨ ਤੇਰਾ ਮੈਂ ਇੱਕ ਇੰਟਰਵਿਊ ਦੇਖਿਆ, ਤੇਰਾ ਮੈਂ ਇੱਕ ਇੰਟਰਵਿਊ ਦੇਖਿਆ ਜੀ, ਜਿਹਦੇ ਵਿੱਚ ਤੂੰ ਕਿਹਾ ਸੀ ਵੀ ਯਾਰ ਕੋਈ ਕਲਾਕਾਰ ਮੇਰੇ ਲਈ ਅੱਗੇ ਨਹੀਂ ਆ ਰਿਹਾ। ਮੈਂ ਕਿਹਾ ਯਾਰ ਮੈਂ ਜੇ ਹਸਨ, ਮੈਂ ਕਿਹਾ ਹਸਨ ਕਹਿ ਰਿਹਾ, ਮੈਂ ਕਿਹਾ ਮੈਂ ਅੱਗੇ ਆਊਂਗਾ। ਹਸਨ ਨੇ ਮੈਨੂੰ ਕਿਹਾ, ਹਸਨ ਨੇ ਸਾਰਿਆਂ ਨੂੰ ਕਿਹਾ ਕੋਈ ਕਲਾਕਾਰ ਅੱਗੇ ਨਹੀਂ ਆ ਰਿਹਾ, ਮੈਂ ਕਿਹਾ ਹਸਨ ਲਈ ਮੈਂ ਅੱਗੇ ਆਊਂਗਾ ਯਾਰ। ਕਿਉਂਕਿ ਇੱਕ ਗੱਲ ਇਹ ਵੀ ਹੈ, ਹਸਨ ਦਾ ਪਿੰਡ ਆ ਸੈਦੋਂ ਕੇ, ਤੇ ਅੱਗੇ ਆਉਣ ਦਾ ਕਾਰਨ ਇਹ ਆ ਵੀ ਹਸਨ ਨੂੰ ਪੜ੍ਹਾਇਆ ਮੇਰੇ ਮਾਮੇ ਨੇ। ਹਸਨ ਚੱਲ, 4000 ਬੰਦਾ ਤੈਨੂੰ ਦੇਖ ਰਿਹਾ, ਹਸਨ ਦੱਸ ਕੀ ਤੂੰ ਕਹਿਣਾ ਚਾਹੁੰਦਾ। ਹਾਂਜੀ, ਸੋ ਪਿਆਰ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ, ਮੈਨੂੰ ਐਂ ਲੱਗੀ ਜਾਂਦਾ ਵੀ ਸਾਰੀ ਮਿਊਜ਼ਿਕ ਇੰਡਸਟਰੀ ਮੇਰੇ ਨਾਲ ਆ ਗਈ, ਮੇਰਾ ਵੱਡਾ ਭਾਈ ਸ਼ਾਹਿਦ ਖਾਨ ਮੇਰੇ ਨਾਲ ਖੜਾ ਹੈ। ਨਾ ਹਸਨ, ਤੇਰੇ ਨਾਲ ਅਸੀਂ ਸਾਰੇ ਆ ਯਾਰ, ਤੂੰ ਤੂੰ ਹੀ ਕਰੀ ਜਾਂਦਾ ਵੀ ਮੈਨੂੰ ਕਲਾਕਾਰਾਂ ਨੇ ਕਿਹਾ ਉਹ ਕਿਹਾ, ਅਸੀਂ ਯਾਰ ਜਿੱਟਾ ਤੇਰੇ ਨਾਲ ਆ, ਤੂੰ ਇੱਕ ਕਲਾਕਾਰ ਨਾਲ ਸਾਰੀ ਇੰਡਸਟਰੀ ਨੀ ਹੁੰਦੀ, ਅਸੀਂ ਸਾਰੇ ਕਲਾਕਾਰ, ਅਸੀਂ ਸਾਰੇ ਭਰਾ ਤੇਰੇ ਨਾਲ ਆ, ਤੂੰ ਜੋ ਮਰਜ਼ੀ, ਤੂੰ ਜੋ ਤੇਰਾ ਜੀ ਕਰਦਾ ਉਹ ਕਹਿ, ਕੋਈ ਚੱਕਰ ਹੀ ਨੀ। ਹਾਂਜੀ ਹਾਂਜੀ, ਦੇਖਦੇ ਆ ਤੁਹਾਨੂੰ ਸਾਰੇ ਘਰ, ਗੱਲ ਹੀ ਨੀ ਗੱਲ ਹੀ ਨੀ ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ। ਹਾਂ ਹਾਂ, ਗੱਲ ਕਰ ਹਸਨ, ਕੋਈ ਚੱਕਰ ਨੀ, ਮੈਂ ਪ੍ਰਾਊਡ ਫੀਲ ਕਰਦਾ ਬਾਈ ਜੀ ਇਸ ਗੱਲ ਦਾ, ਮੈਨੂੰ ਵਧੀਆ ਲੱਗ ਰਿਹਾ ਤੁਸੀਂ ਇਹਨਾਂ ਇਸ ਚੀਜ਼ ਦੇ ਲਾਇਕ ਸਮਝਿਆ ਹੈ ਨਾ ਯਾਰ। ਹਸਨ ਤੈਨੂੰ ਦੇਖ ਕੇ ਪਤਾ, ਤੈਨੂੰ ਦੇਖ ਕੇ ਇੰਨੀ ਖੁਸ਼ੀ ਹੋ ਰਹੀ ਹੈ। ਮਾਨਕ ਸਾਹਿਬ ਨੂੰ ਮੈਂ ਸਟੇਜ ਤੇ ਦੇਖਿਆ, ਤੂੰ ਜੋ 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 ਤੁਸੀਂ ਦੇਖਿਆ, ਜੋ ਜੋ ਤੇਰੀ ਗੱਲਬਾਤ ਹੈ, ਜੋ ਤੇਰੀ ਦੇਖਿਆ, ਸਾਨੂੰ ਐਂ ਲੱਗੀ ਜਾਂਦਾ ਯਾਰ ਮਾਨਕ ਸਾਹਿਬ ਵਾਪਸ ਆ ਗਏ,
ਸੋ ਤੂੰ ਤੇਰੇ ਲਈ ਯਾਰ ਅਸੀਂ ਖੜੇ ਆ, ਹਮੇਸ਼ਾ ਖੜੇ ਆ। ਕੋਈ ਮੇਰਾ ਸਾਲਾ ਕੋਈ ਕੋਈ ਹੋਵੇ ਜਿਹੜਾ ਤੂੰ ਕਹਿੰਦਾ ਵੀ, ਕੋਈ ਤੂੰ ਕਹਿੰਦਾ ਨਾ ਵੀ ਕੋਈ ਕੋਈ ਮੇਰਾ ਸਾਲਾ ਕਹਿੰਦਾ ਵੀ ਮੈਨੂੰ ਜੀ ਮੈਨੂੰ ਰੋਕਦੇ ਆ ਕੁਛ ਮਰਜ਼ੀ, ਕੋਈ ਆ ਜੇ ਉਹਨੂੰ ਮੇਰਾ ਨੰਬਰ ਦੇ ਦੀ, ਭੈਣ ਦੇ ਯਾਰ ਨੂੰ ਕੋਈ ਚੱਕਰ ਨੀ। ਹਾਂਜੀ ਹਾਂਜੀ ਹਾਂ, ਹੁਣ ਤੂੰ ਗੱਲ ਕਰ। ਬਸ ਬਾਈ ਮੈਂ ਗਾਉਣਾ ਤਾਂ ਮੈਂ ਹਟ ਨੀ ਸਕਦਾ, ਗਾਉਣਾ ਤਾਂ ਮੈਂ ਹੈਗਾ ਹੀ ਆ, ਇਹ ਚ ਕੋਈ ਨੋ ਡਾਊਟ ਹੈ ਨਾ, ਕੋਈ ਸ਼ੱਕ ਨੀ। ਬਾਕੀ ਗੱਲ ਮੈਂ ਗਾ ਕੇ ਦੱਸੂਗਾ ਜੀ, ਦੇਖੋ ਬਹਿਣ ਦਿਲ ਚੋਂ ਆਪਾਂ ਗਾ ਕੇ ਕੱਢਾਂਗੇ। ਬਾਕੀ ਤੁਹਾਡਾ ਪਿਆਰ ਆ ਵੱਡੇ ਭਰਾਵਾਂ ਦਾ, ਤੁਸੀਂ ਮੇਰੇ ਨਾਲ ਸੀਨੀਅਰ ਹੋ ਇਸ ਚੀਜ਼ ਦਾ ਵੀ ਮੈਨੂੰ ਵਧੀਆ ਗੱਲ। ਅਸੀਂ ਕੋਈ ਤੇਰੇ ਸੀਨੀਅਰ ਨੀ, ਅਸੀਂ ਤੇਰੇ ਅਸੀਂ ਜਿਹੜਾ ਤੇਰਾ ਉਸਤਾਦ ਸੀ ਕੁਲਦੀਪ ਮਾਣਕ, ਅਸੀਂ ਉਹਦੇ ਉਹਦੇ ਸ਼ਾਗਿਰਦ ਆ। ਦਿੱਤਾ ਅਸੀਂ ਤੇਰੇ ਕੋਈ ਤੇਰੇ ਉਹ ਨੀ, ਅਸੀਂ ਤਾਂ ਤੇਰੇ ਲਈ ਅਸੀਂ ਤਾਂ ਭਰਾਵਾ ਜਾਨ ਦੇਣ ਨੂੰ ਫਿਰਦੇ ਆ। ਤੂੰ ਜੱਟਾ ਜਿਹੜਾ ਤੂੰ ਜਿਹੜਾ ਜੋ ਤੂੰ ਗਾ ਰਿਹਾ ਨਾ, ਅਸੀਂ ਗਾ ਨੀ ਸਕਦੇ ਕਦੇ, ਅਸੀਂ ਤੂੰ ਜੋ ਗਾ ਰਿਹਾ ਅਸੀਂ ਕਦੇ ਨੀ ਗਾ ਸਕਦੇ। ਦੋ ਮਿੰਟ ਤੁਹਾਡੇ ਵਰਗੇ ਭਰਾਵਾਂ ਦਾ ਮੇਰੇ ਚ, ਮੈਂ ਕੌਣ ਆ ਬਾਈ ਜੀ ਗਾਉਣ ਵਾਲਾ? ਅਸੀਂ ਹਾਂਜੀ ਮੈਂ ਤੈਨੂੰ ਇੱਕ ਗੱਲ ਦੱਸਾਂ, ਤੂੰ ਤੂੰ ਜੋ ਤੂੰ ਗਾ ਰਿਹਾ ਹਨਾ, ਮੈਂ ਨੀ ਕਹਿੰਦਾ ਵੀ ਤੂੰ ਗਾ ਕੇ ਸੁਣਾ, ਪਰ ਫਿਰ ਤੇਰੀ ਜਿਹੜੀ ਤੂੰ ਤੇਰੀ ਗਾਇਕੀ ਹੈ ਉਹ ਕਿਸੇ ਤੋਂ ਲੁਕੀ ਨੀ, ਠੀਕ ਹੈ ਨਾ? ਹਾਂਜੀ ਤੇ ਅਸੀਂ ਨੀ ਕਹਿੰਦੇ ਵੀ ਤੂੰ ਗਾ ਕੇ ਸੁਣਾ, ਪਰ ਭਰਾਵਾ ਤੂੰ ਜੋ ਤੂੰ ਗਾ ਸਕਦਾ, ਜੋ ਮਾਣ ਵਿਰਾਸਤ ਤੂੰ ਲੈ ਕੇ ਆ ਸਕਦਾ ਨਾ। ਆ ਜਿਹੜੇ ਮੇਰੇ ਸਾਲ ਦੇ ਨਕਲੀ ਬੰਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਜਿਮ ਲਾ ਕੇ ਵੀ ਡਰਾ ਲਾ, ਉਹਨਾਂ ਨੂੰ ਐ ਕਹਿ ਦੀ, ਉਹਨਾਂ ਨੂੰ ਐ ਕਹਿ ਦੀ ਵੀ ਸਾਡੇ ਭਾਈ ਬੈਠੇ ਨੇ ਫਿਰੋਜ਼ਪੁਰ ਵਾਲੇ, ਉਹਨਾਂ ਨੂੰ ਐ ਕਹਿ ਦੀ, ਹਾਂ ਉਹਨਾਂ ਨੂੰ ਐ ਕਹਿ ਦੀ ਮੈਂ ਨਾ ਕੱਟ ਕੇ ਲਿਆਉਣਾ ਬਾਈ ਫੋਨ ਦੁਬਾਰਾ, ਵਿੱਚ ਆਵਾਜ਼ ਉਹਨੂੰ ਹਟ ਗਈ, ਨੈਟਵਰਕ ਦੀ ਪ੍ਰੋਬਲਮ ਆ, ਫੇਰ ਮੈਨੂੰ ਵਿੱਚ ਤੁਸੀਂ ਲਾਈਵ ਚ ਲੈ ਲਿਆ, ਲਾਈਵ ਤੇ ਲਾ ਤਾਂ ਕਿ ਬਾਕੀ ਦੇ ਵੀ ਸਾਰੇ ਸੁਣ ਸਕਣ, ਤਾਂ ਕਿ ਮੈਨੂੰ ਪਤਾ ਤੈਨੂੰ ਦਬਾਉਣ ਵਾਲੇ ਬਹੁਤ ਆ, ਮੈਨੂੰ ਪਤਾ ਭੈਣ ਦੇ ਯਾਰ ਤੈਨੂੰ ਦਬਾਉਣ ਵਾਲੇ ਬਹੁਤ ਆ ਮੇਰੇ ਸਾਲੇ ਦੇ। ਦਰਸ਼ਕੋ ਪਤਾ ਕੀ ਆ, ਜੇ ਇਹ ਜਿਹੜਾ ਮਾਨਕ ਸਾਹਿਬ ਦਾ ਜਿਹੜਾ ਇਹ ਭਤੀਜਾ, ਇਹ ਭਤੀਜਾ ਵੀ ਨੀ, ਇਹ ਦੋਤਾ ਹੈ, ਇਹਨੂੰ ਇਹਨੂੰ ਦਬਾਉਣ ਵਾਲੇ ਬਹੁਤ ਆ। ਇਹਨੂੰ ਦਬਾਉਣ ਵਾਲੇ ਪਤਾ ਕਿਹੜੇ ਆ ਮੇਰੇ ਸਾਲੇ ਦੇ, ਜਿਹੜੇ ਮਾਨਕ ਸਾਹਿਬ ਨੂੰ ਕੈਸ਼ ਕਰਨਾ ਚਾਹੁੰਦੇ ਆ, ਹਨਾ, ਇਹ ਉਹ ਨੇ ਮੇਰੇ ਸਾਲੇ ਦੇ। ਪਰ ਮੈਂ ਚਾਹੁੰਦਾ ਵੀ ਯਾਰ ਮਾਨਕ ਸਾਹਿਬ ਦਾ ਅਸਲ ਅਸਲ ਜਿਹੜਾ ਅਸਲ ਹੈ ਨਾ ਦੋਤਾ ਤੇ ਭਤੀਜਾ, ਉਹ ਮੂਹਰੇ ਆਵੇ। ਇਹ ਮੇਰੇ ਸਾਲੇ ਦੇ ਇਹਨੂੰ ਵਿਚਾਰੇ ਨੂੰ ਤੰਗ ਕਰਦੇ ਨੇ, ਇਹਨੂੰ ਮੈਨੂੰ ਦੱਸਿਆ ਕਹਿੰਦਾ ਬਾਈ ਮੈਨੂੰ ਤੰਗ ਕਰਕੇ ਮੈਨੂੰ ਧਮਕੀਆਂ ਦਿੰਦੇ ਨੇ ਵੀ ਤੂੰ ਤੂੰ ਐ ਨਾ ਕਹਿ ਵੀ ਮੈਂ ਮਾਨਕ ਸਾਹਿਬ ਦਾ ਫਲਾਨਾ ਢਿਉਂਕਾ। ਦੋਸਤੋ ਮੇਰੀ ਗੱਲ ਸੁਣੋ, ਇਹਨੂੰ ਠੀਕ ਆ ਆਪਾਂ ਮੂਹਰੇ ਲੈ ਕੇ ਆਉਣਾ, ਠੀਕ ਆ ਨਾ, ਸਿੱਧੀ ਜਿਹੜੀ ਗੱਲ ਆ। ਇਹ ਵਿਚਾਰਾ ਡਰਦਾ, ਇਹ ਗਰੀਬ ਬੰਦਾ, ਠੀਕ ਆ ਨਾ, ਆਪਾਂ